ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਊਥ ਅਫਰੀਕਾ 'ਚ ਰਹਿਣ ਵਾਲੇ ਹੁਸ਼ਿਆਰਪੁਰ ਦੇ ਪਿੰਡ ਚਲਾਲ ਡੋਗਰਾ ਦੇ 40 ਸਾਲਾ ਰਾਣਾ ਸਿੰਘ ਦਾ ਉਸਦੀ ਅਫਰੀਕਾ ਮੂਲ ਦੀ ਪਤਨੀ ਵੱਲੋਂ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਅਨੁਸਾਰ ਕਰੀਬ 14 ਸਾਲ ਪਹਿਲਾਂ ਰਾਣਾ ਸਿੰਘ ਅਫਰੀਕਾ 'ਚ ਕੰਮ ਕਰਨ ਗਿਆ ਸੀ, ਜਿੱਥੇ ਉਸਦੇ ਪੱਕੇ ਹੋਣ ਦੇ ਚੱਕਰ 'ਚ ਅਫਰੀਕਾ ਦੀ ਇੱਕ ਔਰਤ ਦੇ ਨਾਲ ਵਿਆਹ ਕਰਵਾ ਲਿਆ ਸੀ, ਜਦੋਂ ਕਿ ਉਸਦੇ ਭਾਰਤ 'ਚ ਵੀ ਪਤਨੀ ਅਤੇ ਬੱਚੇ ਹਨ। ਉਹਨਾਂ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਅਫਰੀਕਾ ਮੂਲ ਦੀ ਪਤਨੀ ਨਾਲ ਉਸਦਾ ਝਗੜਾ ਹੋਇਆ ਸੀ, ਜਿਸ 'ਤੇ ਉਸਦੀ ਪਤਨੀ ਨੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਕਤਲ ਦਾ ਕਾਰਨ ਰਾਣਾ ਸਿੰਘ ਦੇ ਪੈਸੇ ਅਤੇ ਕਾਰੋਬਾਰ ਦਾ ਹੈ। ਮੇਰਾ ਬੱਚਾ ਮੈਨੂੰ ਘੱਟ ਹੀ ਮੰਗਾ ਦਿਓ ਜਿਵੇਂ ਦੀ ਵੀ ਹੈਗਾ, ਜੇ ਪਾਤਸ਼ਾਹ ਉਹਨਾਂ ਦਾ ਬੜਾ ਭਲਾ ਕਰੇਗਾ ਜੇ ਮੇਰਾ ਬੱਚਾ ਮੈਨੂੰ ਘਰ ਮੰਗਾ ਦੇਣਗੇ ਤੇ ਉਹਨਾਂ ਦਾ ਬੜਾ ਭਲਾ ਹੋਵੇਗਾ। ਹਾਏ ਮੇਰੇ ਉਹਨਾਂ ਦਾ ਪਿਤਾ ਜੀ ਲੋਕ ਬਿਰਧ ਹਨ, ਪਤਾ ਲੱਗਿਆ ਹੈ ਕਿ ਮੀਨਸ ਰਾਣਾ ਸਿੰਘ ਸਾਡੇ ਵੱਡੇ ਭਾਅ ਜੀ ਸਾਡੇ ਪਿੰਡ ਦੇ ਬੜੇ ਲਾਇਕ ਬੰਦੇ ਸੀ, ਉਹ ਪੂਰੇ ਹੋ ਗਏ ਨੇ ਸਾਊਥ ਅਫਰੀਕਾ ਵਿੱਚ ਜੋਹਾਨਸਬਰਗ ਵਿੱਚ, ਕਿ ਉਹ ਉੱਥੇ ਉਹਨਾਂ ਦੀ ਵਾਈਫ ਵੱਲੋਂ ਮਰਡਰ ਕੀਤਾ ਗਿਆ। ਇੱਥੇ ਪੂਰੀ ਫੈਮਲੀ ਬੜੀ ਹੀ ਪ੍ਰੋਬਲਮ ਵਿੱਚ ਹੈ, ਉਹਨਾਂ ਦਾ ਇੱਕ ਮੁੰਡਾ ਹੈਗਾ, ਇਕਲੌਤਾ ਮੁੰਡਾ, ਇੱਥੇ ਮਾਂ ਪਿਓ ਵੀ ਹੈਗੇ ਬਜ਼ੁਰਗ, ਉਹ ਵੀ ਕਾਫੀ ਸਦਮੇ ਗਹਿਰੇ ਸਦਮੇ ਵਿੱਚ ਹੈ, ਅਤੇ ਅਸੀਂ ਗਵਰਨਮੈਂਟ ਆਫ ਇੰਡੀਆ ਔਰ ਫੋਰਨ ਮਿਨਿਸਟਰ ਨੂੰ ਸਪੈਸ਼ਲੀ ਆ ਰਿਕੁਐਸਟ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਪਲੀਜ਼ ਬੋਡੀ ਨੂੰ ਇੱਥੇ ਭੇਜਣ, ਆਪਣੇ ਇੰਡੀਆ ਵਿੱਚ ਭੇਜਣ। ਉੱਧਰ ਹੁਸ਼ਿਆਰਪੁਰ 'ਚ ਮ੍ਰਿਤਕ ਦੇ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ। ਹੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।